ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ। ਇਹ ਤਸਵੀਰ ਹੈ CRPF ਦੇ ਮੁਲਾਜ਼ਮ ਅਨੂਪ ਰਾਹਾ ਦੀ। ਅਨੂਪ ਰਾਹਾ ਨੂੰ 147 ਨਾਲ ਪੰਗਾ ਮਹਿੰਗਾ ਪੈ ਗਿਆ। ਇਹ ਤਸਵੀਰਾਂ ਨੇ CRPF ਕੈਂਪਸ ਸਰਾਇ ਖਾਸ ਜਲੰਧਰ ਦੀਆਂ। ਤੁਸੀਂ ਦੇਖ ਸਕਦੇ ਹੋ ਫੋਰੈਂਸਿਕ ਟੀਮ 147 ਦੀ ਜਾਂਚ ਪੜਤਾਲ ਕਰ ਰਹੀ ਹੈ, ਕਿਉਂਕਿ ਘਟਨਾ ਹੀ ਅਜਿਹੀ ਹੋਈ ਹੈ। CRPF ਕੈਂਪਸ ਹਥਿਆਰਾਂ ਵਾਲੇ ਕਮਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਨੂਪ ਰਾਹਾ ਦੀ ਸੀ, ਪਰ ਇਹਨਾਂ ਹਥਿਆਰਾਂ ਨੇ ਹੀ ਉਸ ਦੀ ਜਾਨ ਲੈ ਲਈ। ਅਚਾਨਕ ਕਮਰੇ 'ਚ ਗੋਲੀਆਂ ਦੀ ਆਵਾਜ਼ ਸੁਣੀ ਤਾਂ ਅਫਸਰ ਅੰਦਰ ਗਏ ਤਾਂ ਦੇਖਿਆ ਅਨੂਪ ਰਾਹਾ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ 147 ਸਾਫ ਕਰਦੇ ਟਾਈਮ 3 ਗੋਲੀਆਂ ਚੱਲੀਆਂ, ਜਿਨ੍ਹਾਂ ਵਿੱਚੋਂ 1 ਨੇ ਅਨੂਪ ਦੀ ਜਾਨ ਲੈ ਲਈ। ਫਿਲਹਾਲ ਜਲੰਧਰ ਪੁਲਿਸ ਨੇ ਫੋਰੈਂਸਿਕ ਟੀਮ ਬੁਲਵਾ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਕੈਂਪ ਵਿੱਚ ਅਨੂਪ ਰਾਓ ਦੇ ਗੋਲੀ ਲੱਗਣ ਨਾਲ ਚਾਰਕ ਅਤੇ ਹਸਪਤਾਲ ਦਾਖਲੇ, ਮੈਂ ਉੱਥੇ ਪਹੁੰਚਿਆ ਮੌਕੇ 'ਤੇ। ਉੱਥੇ ਰਵਿੰਦਰ ਸਿੰਘ DSP ਸਾਹਿਬ ਹਾਜ਼ਰ ਮਿਲੇ, ਸਟੇਸ਼ਨ ਕਮਾਂਡਰ, ਜਿਨ੍ਹਾਂ ਨੇ ਮੇਰੇ ਪਾਸ ਬਿਆਨ ਲਿਖਾਇਆ ਕਿ ਅਨੂਪ ਰਾਏ ਜੋ ਕੰਪਨੀ ਕੁਆਟਰ ਮਾਸਟਰ CRP ਕੈਂਪ ਸਰਾਏ ਖਾਸ ਲੱਗੇ ਹਨ, ਅਤੇ ਉਹਨਾਂ ਕੋਲੋਂ ਅਚਾਨਕ ਜਿਹੜਾ ਅਸਲੇ ਦੀ ਸਫਾਈ ਕਰਦੇ ਸਮੇਂ ਗੋਲੀ ਚੱਲ ਗਈ ਜਿਹੜੀ ਉਹਨਾਂ 'ਤੇ ਲੱਗੀ ਹੈ, ਜਿਹਨਾਂ ਕਰਕੇ ਉਸਦੀ ਮੌਤ ਹੋ ਗਈ। ਸਰ ਗੋਲੀ ਚੱਲਣ ਦਾ ਕੋਈ ਕਾਰਨ, ਮੇਨ ਕਾਰਨ ਕੋਈ ਸਾਹਮਣੇ ਆਇਆ? ਨਹੀਂ ਆਇਆ। ਸਰ ਕੋਈ ਸੁਸਾਈਡ ਤਾਂ ਨਹੀਂ ਲੱਗਦਾ ਕਿ ਸੁਸਾਈਡ ਵਗੈਰਾ ਜੋ ਕੁਛ? ਇਹ ਸਰ ਕਿੰਨੀ ਦੇਰ ਤੋਂ ਜੋਬ ਕਰ ਰਹੇ ਸੀਗੇ? ਇਹ ਉੱਥੇ ਕਰੀਬ ਸਾਲ। ਤਾਂ ਕਿਹੜੀ ਜਗ੍ਹਾ 'ਤੇ ਰਹਿਣ ਵਾਲੇ ਹੈਗੇ ਜੀ? ਹਾਂਜੀ, ਕਿਹੜੀ ਜਗ੍ਹਾ 'ਤੇ ਰਹਿਣ ਵਾਲੇ ਹੈਗੇ? ਇਹ ਜਗ੍ਹਾ ਜਹਾਨਗਰ ਪੱਛਮ ਬੰਗਾਲ 'ਚ। ਸਰ ਇਹ ਮੌਕੇ 'ਤੇ ਡੈਥ ਹੋ ਗਈ ਸੀ ਬੰਦੇ ਦੀ ਜਾਂ ਕਿਸ ਤਰ੍ਹਾਂ, ਮਤਲਬ ਬਾਅਦ ਦੇ ਵਿੱਚ ਹੋਈ? ਨਹੀਂ, ਹਸਪਤਾਲ ਵੀ ਜਾਂਦੇ ਸਰ। ਓਕੇ, ਹਸਪਤਾਲ। ਅਤੇ ਕੀ ਕਾਰਵਾਈ ਕਰ ਰਹੇ ਜੀ? 176 ਕਾਰਵਾਈ ਹਾਲ ਦੀ ਕਰੀ, ਅੰਬਰਸਰ 'ਚ ਲਿਆਂਦੀ।